ਰੋਜ਼ੀ ਰੋਟੀ ਕਮਾਉਣ ਅਤੇ ਪਰਿਵਾਰ ਨੂੰ ਕਰਜ਼ਾ ਮੁਕਤ ਕਰਨ ਦੇ ਸੁਪਨੇ ਨੂੰ ਲੈ ਕੇ ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਮ੍ਰਿਤਕ ਦੇ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾਕਟਰ ਐਸਪੀ ਸਿੰਘ ਓਬਰੋਏ ਦੇ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾ ਸਾਂਸੀ ਰਾਹੀਂ ਭਾਰਤ ਲਿਆਂਦੀ ਗਈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਸ਼ਹਿਰ ਨਾਲ ਸੰਬੰਧਿਤ ਮ੍ਰਿਤਕ ਸੁਰਜੀਤ ਕੁਮਾਰ ਅਜੇ ਫਰਵਰੀ ਮਹੀਨੇ ਵਿੱਚ ਹੀ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ ਅਤੇ ਅਚਾਨਕ 15 ਮਈ ਨੂੰ ਉਸਦੇ ਭੇਤ ਭਰੀ ਹਾਲਤ ਵਿੱਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ 21 ਮਈ ਨੂੰ ਰੇਤ ਦੇ ਟਿੱਬੇ ਤੋਂ ਉਸਦੀ ਲਾਸ਼ ਬਰਾਮਦ ਹੋਈ। ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਇੱਥੇ ਰਾਜਸਥਾਨ ਸੀ ਏਅਰਪੋਰਟ ਵਿਖੇ ਆਏ ਹਾਂ। ਮੇਰਾ ਨਾਮ ਨਵਜੀਤ ਸਿੰਘ ਹੈ ਅਤੇ ਮੇਰੇ ਨਾਲ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ, ਸ਼ਿਸ਼ਪਾਲ ਸਿੰਘ ਲਾਡੀ ਹੁਣੀ ਵੀ ਨੇ। ਅੱਜ ਅਸੀਂ ਇੱਥੇ ਡੈੱਡ ਬੋਡੀ ਰਿਸੀਵ ਕਰਨ ਆਏ ਹਾਂ ਜਿਹੜੇ ਹੁਸ਼ਿਆਰਪੁਰ ਦੇ ਸੁਰਜੀਤ ਕੁਮਾਰ ਸਨ, 47 ਸਾਲ ਦੇ। ਉਹਨਾਂ ਦੀ ਭੇਦ ਭਰੇ ਹਾਲਾਤਾਂ 'ਚ ਉੱਥੇ 15 ਤਰੀਕ ਨੂੰ ਉੱਥੋਂ ਜਿਹੜੇ ਸਾਨੂੰ ਲਾਪਤਾ ਹੋ ਗਏ ਸਨ, 21 ਤਰੀਕ ਨੂੰ ਉਹਨਾਂ ਦੀ ਟਿੱਬਿਆਂ ਦੇ ਵਿੱਚ ਗਲੀ ਸੜੀ ਜਿਹੜੀ ਸੀ ਡੈੱਡ ਬੋਡੀ ਜਿਹੜੀ ਉਹ ਪ੍ਰਾਪਤ ਹੋਈ ਹੈ। ਇੱਧਰ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਾ ਅਤੇ ਉਹਨਾਂ ਨੇ ਫਿਰ ਡਾਕਟਰ ਐਸ ਪੀ ਸਿੰਘ ਓਬਰਾਇਸ ਨਾਲ ਜਿਹੜਾ ਕੰਟੈਕਟ ਕੀਤਾ ਦੁਬਈ ਦੇ ਵਿੱਚ, ਅਤੇ ਉਹਨਾਂ ਦੇ ਯਤਨਾਂ ਦੇ ਨਾਲ ਫਿਰ ਜਿਹੜੀ ਅੱਜ ਡੈੱਡ ਬੋਡੀ ਜਿਹੜੀ ਉਹ ਅੱਜ ਅੰਮ੍ਰਿਤਸਰ। ਕਾਰਨ ਜਿਹੜੇ ਸਾਨੂੰ ਬੜੇ ਭੇਦ ਭਰੇ ਹਾਲਾਤਾਂ 'ਚ ਹੀ ਮਿਲੀ ਹੈ ਔਰ ਬੜੀ ਬੁਰੀ ਹਾਲਤ ਦੇ ਵਿੱਚ ਉਹ ਡੈੱਡ ਬੋਡੀ ਸੀਗੀ ਔਰ ਇਹਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕੇ ਕਿ ਕਿਹੜੇ ਕਾਰਨਾਂ 'ਚ ਉਹਨਾਂ ਦੀ ਡੈੱਥ ਹੋਈ ਹੈ। ਔਰ ਬੜੀ ਇੱਕ ਵੱਡੀ ਗੱਲ ਹੈ ਕਿ ਅਸੀਂ ਜਿਹੜੇ ਹੁਣ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 120 ਜਿਹੜੀਆਂ ਨੌਜਵਾਨ ਲੜਕੇ ਲੜਕੀਆਂ ਦੀਆਂ ਜਿਹੜੀਆਂ ਡਾਕਟਰ ਐਸ ਪੀ ਸਿੰਘ ਓਬਰਾਏ ਹੋਣਾ ਵੱਲੋਂ ਜਿਹੜੀ ਉਹਨਾਂ ਦੇ ਯਤਨਾਂ ਨਾਲ ਜਿਹੜੀ ਹੈ ਉੱਥੋਂ ਸਾਰੀ ਕਾਗਜ਼ੀ ਕਾਰਵਾਈ ਜਿੰਨੀ ਵੀ ਆ ਕਰਕੇ ਉਹ ਅੱਜ ਡੈੱਡ ਬੋਡੀ ਜਿਹੜੀ ਉਹ ਅੰਮ੍ਰਿਤਸਰ ਪਹੁੰਚੀ ਹੈ। ਅੱਜ ਡਾਕਟਰ ਐਸ ਪੀ ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਯਤਨਾਂ ਨਾਲ ਜਿਹੜੀ ਹੈ ਉਹ ਡੈੱਡ ਬੋਡੀ ਜਿਹੜੀ ਹੈ ਉਹ ਦੁਬਈ ਤੋਂ ਇੱਥੇ ਅੰਮ੍ਰਿਤਸਰ ਪਹੁੰਚ ਰਹੀ ਹੈ ਅਤੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਜਿਹੜੀ ਹੈ ਉਹ ਅਸੀਂ ਸਪੁਰਦ ਉਹਨਾਂ ਦੇ ਕਰ ਰਹੇ ਹਾਂ। ਸਰ ਕੀ ਨਾਮ ਜੀ? ਸਰ ਮੇਰਾ ਨਾਮ ਸ਼੍ਰੀਪ ਹੈ। ਕੀ ਹੈ ਜੀ? ਜੀ ਅਸੀਂ ਆਪਣੇ ਚਾਚੇ ਜੀ ਡੈੱਡ ਬੋਡੀ ਰਿਸੀਵ ਕਰਨ ਆਏ ਹਾਂ ਜਿਨ੍ਹਾਂ ਨਾਲ ਸੁਰਜੀਤ ਕੁਮਾਰ ਹੈ ਅਤੇ ਉਹ ਅਸੀਂ ਇੱਥੋਂ ਆਪਣੇ ਵਿਰਾਜ ਸਰ ਉਹਨਾਂ ਨੇ ਸਾਡਾ ਧੰਨਵਾਦ ਕੀਤਾ ਅਤੇ ਉਹ ਕਾਫੀ ਚਿਰ ਤੋਂ ਬਾਹਰ ਰਹਿ ਰਹੇ ਸੀਗੇ ਅਤੇ ਉਹ ਕੰਮਕਾਰਾਂ ਦੇ ਵਿੱਚ ਆਉਂਦੇ ਜਾਂਦੇ ਸੀਗੇ ਅਤੇ ਸਾਨੂੰ 15 ਤਰੀਕ ਨੂੰ ਪਤਾ ਲੱਗਾ ਵੀ ਉਹਨਾਂ ਲਾਪਤਾ ਨੇ ਅਤੇ ਉਹਨਾਂ ਤੋਂ ਬਾਅਦ ਸਾਨੂੰ 21 ਦਿਨ ਉਹਨਾਂ ਦੀ ਡੈੱਡ ਬੋਡੀ ਮਿਲੀ ਆ ਅਤੇ ਅਸੀਂ ਉਸ ਡੈੱਡ ਬੋਡੀ ਨੂੰ ਰਿਸੀਵ ਕਰਨ ਵਿੱਚ ਸਾਡੇ ਵਿਰਾਜ ਸਰ ਉਹਨਾਂ ਨੇ ਮਦਦ ਕੀਤੀ ਹੈ ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਕੀ ਕੰਮ ਕਰਦੇ ਸੀ ਜੀ ਉੱਥੇ? ਉੱਥੇ ਉਹ ਬਿਲਡਿੰਗ ਲਾਈਨ ਦੇ ਵਿੱਚ ਕੰਮ ਕਰਦੇ ਸੀਗੇ ਅਤੇ ਹੈਲਪਰੀ ਤੋਂ ਬਿਲਡਰ ਦੇ ਐਕਸਪਰਟ ਦੂਜੇ ਸੀਗੇ, ਕਾਰੀਗਰ ਸਨ। ਪਰਿਵਾਰ ਦੇ ਵਿੱਚ ਉਹਨਾਂ ਦੇ ਇੱਕ ਮਦਰ ਆ, ਵਾਈਫ ਆ ਅਤੇ ਉਹਨਾਂ ਦੇ ਇੱਕ ਬੇਟਾ ਬੇਟੀ ਆ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉੱਥੇ ਲਾਪਤਾ? ਸਾਨੂੰ ਉਹਨਾਂ ਦੇ ਨਾਲ ਦੇ ਰੂਮਮੇਟ ਨੇ ਕੰਟੈਕਟ ਕਰਕੇ ਦੱਸਿਆ ਸੀਗਾ ਵੀ ਉਹ 15 ਤਰੀਕ ਤੋਂ ਸਵੇਰ ਤੋਂ ਲਾਪਤਾ ਨੇ, ਵੀ ਉਹ ਸ਼ਾਮ ਨੂੰ ਆ ਕੇ ਉਹਨਾਂ ਨੇ ਜਦ ਰੂਮ ਦੇ ਵਿੱਚ ਦੇਖਿਆ ਤਾਂ ਉਹ ਨਹੀਂ ਮਿਲੇ ਤਾਂ ਉਹਨਾਂ ਨੇ ਦੇਖਭਾਲ ਕੀਤੀ ਅਤੇ ਉਹਨਾਂ ਨੇ ਸਾਨੂੰ 15 ਤਰੀਕ ਨੂੰ ਸ਼ਾਮ ਨੂੰ ਦੱਸਿਆ ਅਤੇ ਸਵੇਰ ਨੂੰ ਲਾਪਤਾ ਹੋ ਗਈ ਸੀ। ਫਿਰ ਹੁਣ ਕਿੱਦਾਂ ਬੋਡੀ ਆਈ ਜੀ? ਉਹ ਬੋਡੀ ਸਾਨੂੰ ਅਸੀਂ ਪਹਿਲਾਂ ਕੰਟੈਕਟ ਹਰੇਕ ਨਾਲ ਕੀਤੇ, ਸਾਨੂੰ ਨਹੀਂ ਕੋਈ ਰਾਇਆ ਲੱਭਿਆ ਤਾਂ ਅਸੀਂ ਫਿਰ ਸਾਡੇ ਭਾਜੀ ਹੋਣੇ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਐਸ ਪੀ ਸਿੰਘ ਓਬਰਾਏ ਹੋਣਾ ਦੀ ਇੱਕ ਸੰਸਦ ਆ, ਉਹਨਾਂ ਦੇ ਥਰੂ ਫਿਰ ਅਸੀਂ ਕੰਟੈਕਟ ਕੀਤਾ, ਉਹਨਾਂ ਨੇ ਸਾਡੀ ਮਦਦ ਕੀਤੀ। ਕੀ ਮੈਸੇਜ ਦੇਣਾ ਚਾਹੁੰਦੇ ਜੀ ਉਹਨਾਂ ਨੂੰ? ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਉਹ ਸਾਡਾ ਫੈਮਿਲੀ ਲਈ ਬਹੁਤ ਬਹੁਤ ਧੰਨਵਾਦ ਜਿਹਨਾਂ ਸਾਨੂੰ ਇੰਨੇ ਔਖੇ ਭਰੇ ਹਾਲਾਤਾਂ ਵਿੱਚੋਂ ਕੱਢਿਆ ਅਤੇ ਬਹੁਤ ਬਹੁਤ ਧੰਨਵਾਦ